ਇਹ ਹਰ ਸਾਲ ਦੀ ਤਰ੍ਹਾਂ ਜੀ ਸ਼ਹੀਦੀ ਦਿਵਸ ਹੈ, ਅੱਜ 23 ਮਾਰਚ ਹੈ। ਸਾਰੇ ਦੇਸ਼ ਦੀ ਵਿਦੇਸ਼ਾਂ 'ਚ ਵੀ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਕਿਉਂਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਜਿਹੜੇ ਫੋਲੋਵਰਸ ਨੇ ਉਹ ਕੋਈ 1-2 ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੈ। ਅਤੇ ਇਹ ਸ਼ਹੀਦ ਸੁਖਦੇਵ ਜੀ ਦਾ ਜਨਮ ਸਥਾਨ ਹੈ ਮੱਲਾ ਨੌਕਰਾ ਦੇ ਵਿੱਚ, ਚੌੜਾ ਬਾਜ਼ਾਰ ਦੇ ਨੇੜੇ। ਇੱਥੇ ਪਰਿਵਾਰ ਵੱਲੋਂ, ਟਰੱਸਟ ਵੱਲੋਂ, ਜਿਹੜੇ ਦੇਸ਼ ਭਗਤ ਨੇ ਉਹਨਾਂ ਸਾਰਿਆਂ ਵੱਲੋਂ ਇੱਥੇ ਹਵਨ ਯੱਗ ਕਰਕੇ ਅਹੁਤੀਆਂ ਪਾਈਆਂ ਜਾਂਦੀਆਂ ਕਿ ਉਹਨਾਂ ਦੀ ਜਿਹੜੀ ਆਤਮਾ ਹੈ ਉਹਨਾਂ ਨੂੰ ਅਮਨ ਸ਼ਾਂਤੀ ਰਹੇ, ਕਿਉਂਕਿ ਜਿੱਦਾਂ ਦਾ ਉਹ ਦੇਸ਼ ਮੰਗਦੇ ਸੀ ਅੱਜ ਤੱਕ ਉੱਦਾਂ ਦਾ ਦੇਸ਼ ਬਣ ਨਹੀਂ ਪਾਇਆ। ਅੱਜ ਜਨਮ ਹੋਇਆ ਸੀ, ਇਹ ਜਨਮ ਸਥਾਨ ਹੈ ਜੀ ਜਿੱਥੇ ਆਪਾਂ ਖੜੇ ਹਾਂ, ਇਹ ਉਹਨਾਂ ਦਾ ਜਨਮ ਸਥਾਨ ਹੈ। ਮੰਗਾਂ ਦੇਖੋ, ਮੰਗਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਜਿਸ ਦੇ ਹਿਸਾਬ ਹੁਣ ਇਸ ਘਰ ਦੇ ਵਿੱਚ ਬੜਾ ਸੰਘਰਸ਼ ਰਿਹਾ, ਤੁਹਾਨੂੰ ਵੀ ਪਤਾ। ਪਹਿਲਾਂ ਇਹ ਕਿਸੇ ਕਬਜ਼ੇ 'ਚ ਸੀਗਾ, ਕਬਜ਼ੇ 'ਚੋਂ ਛੁਡਾਇਆ, ਉਸ ਤੋਂ ਬਾਅਦ ਇਹ ਰੈਨੋਵੇਸ਼ਨ ਹੋਈ ਹੈ। ਰੈਨੋਵੇਸ਼ਨ ਹੋਣ ਤੋਂ ਬਾਅਦ ਹੁਣ ਸਾਡੀ ਮੰਗ ਚੱਲ ਰਹੀ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਸ਼ਹੀਦ ਸੁਖਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇ। ਉਸ ਤੋਂ ਬਾਅਦ ਜਿਹੜਾ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ 100 ਫੁੱਟ ਦੂਰ ਹੈ ਇੱਥੋਂ, ਜਿੱਥੇ ਜਨਮ ਸਥਾਨ ਦੇ ਬਾਹਰ ਖੜੋਗੇ 100 ਫੁੱਟ ਦੀ ਦੂਰੀ ਹੈ, ਅਤੇ ਉਹ ਬਿਲਡਿੰਗ ਐਕਵਾਇਰ ਹੋ ਰਹੀ ਹੈ, ਐਕੁਜ਼ੀਸ਼ਨ 'ਤੇ ਲੱਗਿਆ ਹੋਇਆ, ਉਹ ਜਲਦ ਤੋਂ ਜਲਦ ਕੰਮ ਹੋ ਜਾਏਗਾ। ਕੀ ਕਰੀਏ ਜੀ, ਸੰਘਰਸ਼ ਕਰਨਾ। ਦੇਖੋ, ਵਾਅਦੇ ਕਰੀ ਜਾਣ, ਸਾਡਾ ਮਕਸਦ ਹੈ ਉਹ ਦੇਸ਼ ਆਜ਼ਾਦ ਕਰਾਉਣ ਲਈ ਸੰਘਰਸ਼ ਕਰਦੇ ਰਹਿ ਗਏ, ਅਸੀਂ ਉਹਨਾਂ ਦੇ ਜਨਮ ਸਥਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ। ਸਾਡਾ ਜਨਮ ਹੀ ਇਸ ਕਰਕੇ ਹੋਇਆ। ਦੇਖੋ, ਸਾਡੇ ਲਈ ਤਾਂ ਤੁਸੀਂ ਵੀ ਆ ਗਏ, ਤੁਸੀਂ ਵੀ VIP ਤੋਂ ਘੱਟ ਨਹੀਂ, ਕਿਉਂਕਿ ਤੰਗ ਗਲੀਆਂ 'ਚ ਹੋ ਕੇ ਇੱਥੇ ਪਹੁੰਚਣਾ ਪੈਂਦਾ। ਇੱਕ ਛੋਟੇ ਛੋਟੇ ਬੱਚੇ ਇੱਥੇ ਆ ਜਾਣ, ਉਹ ਸਾਨੂੰ VIP ਤੋਂ ਘੱਟ ਨਹੀਂ ਹੈ। ਅਸੀਂ ਮੰਤਰੀਆਂ ਤੋਂ ਕੀ ਲੈਣਾ, ਜਿਹੜਾ ਆਮ ਬੰਦਾ ਇੱਥੇ ਵਿਜ਼ਿਟ ਕਰ ਜਾਏ ਸਾਡੇ ਲਈ ਉਹ ਹੀ VIP ਹੈ। ਇਹ ਹਰ ਸਾਲ ਦੀ ਤਰ੍ਹਾਂ ਜੀ ਸ਼ਹੀਦੀ ਦਿਵਸ ਹੈ, ਅੱਜ 23 ਮਾਰਚ ਹੈ। ਸਾਰੇ ਦੇਸ਼ ਦੀ ਵਿਦੇਸ਼ਾਂ 'ਚ ਵੀ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਕਿਉਂਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਜਿਹੜੇ ਫੋਲੋਵਰਸ ਨੇ ਉਹ ਕੋਈ 1-2 ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੈ। ਅਤੇ ਇਹ ਸ਼ਹੀਦ ਸੁਖਦੇਵ ਜੀ ਦਾ ਜਨਮ ਸਥਾਨ ਹੈ ਮੱਲਾ ਨੌਕਰਾ ਦੇ ਵਿੱਚ, ਚੌੜਾ ਬਾਜ਼ਾਰ ਦੇ ਨੇੜੇ। ਇੱਥੇ ਪਰਿਵਾਰ ਵੱਲੋਂ, ਟਰੱਸਟ ਵੱਲੋਂ, ਜਿਹੜੇ ਦੇਸ਼ ਭਗਤ ਨੇ ਉਹਨਾਂ ਸਾਰਿਆਂ ਵੱਲੋਂ ਇੱਥੇ ਹਵਨ ਯੱਗ ਕਰਕੇ ਅਹੁਤੀਆਂ ਪਾਈਆਂ ਜਾਂਦੀਆਂ ਕਿ ਉਹਨਾਂ ਦੀ ਜਿਹੜੀ ਆਤਮਾ ਹੈ ਉਹਨਾਂ ਨੂੰ ਅਮਨ ਸ਼ਾਂਤੀ ਰਹੇ, ਕਿਉਂਕਿ ਜਿੱਦਾਂ ਦਾ ਉਹ ਦੇਸ਼ ਮੰਗਦੇ ਸੀ ਅੱਜ ਤੱਕ ਉੱਦਾਂ ਦਾ ਦੇਸ਼ ਬਣ ਨਹੀਂ ਪਾਇਆ। ਅੱਜ ਜਨਮ ਹੋਇਆ ਸੀ, ਇਹ ਜਨਮ ਸਥਾਨ ਹੈ ਜੀ ਜਿੱਥੇ ਆਪਾਂ ਖੜੇ ਹਾਂ, ਇਹ ਉਹਨਾਂ ਦਾ ਜਨਮ ਸਥਾਨ ਹੈ। ਮੰਗਾਂ ਦੇਖੋ, ਮੰਗਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਜਿਸ ਦੇ ਹਿਸਾਬ ਹੁਣ ਇਸ ਘਰ ਦੇ ਵਿੱਚ ਬੜਾ ਸੰਘਰਸ਼ ਰਿਹਾ, ਤੁਹਾਨੂੰ ਵੀ ਪਤਾ। ਪਹਿਲਾਂ ਇਹ ਕਿਸੇ ਕਬਜ਼ੇ 'ਚ ਸੀਗਾ, ਕਬਜ਼ੇ 'ਚੋਂ ਛੁਡਾਇਆ, ਉਸ ਤੋਂ ਬਾਅਦ ਇਹ ਰੈਨੋਵੇਸ਼ਨ ਹੋਈ ਹੈ। ਰੈਨੋਵੇਸ਼ਨ ਹੋਣ ਤੋਂ ਬਾਅਦ ਹੁਣ ਸਾਡੀ ਮੰਗ ਚੱਲ ਰਹੀ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਸ਼ਹੀਦ ਸੁਖਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇ। ਉਸ ਤੋਂ ਬਾਅਦ ਜਿਹੜਾ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਹੈ 100 ਫੁੱਟ ਦੂਰ ਹੈ ਇੱਥੋਂ, ਜਿੱਥੇ ਜਨਮ ਸਥਾਨ ਦੇ ਬਾਹਰ ਖੜੋਗੇ 100 ਫੁੱਟ ਦੀ ਦੂਰੀ ਹੈ, ਅਤੇ ਉਹ ਬਿਲਡਿੰਗ ਐਕਵਾਇਰ ਹੋ ਰਹੀ ਹੈ, ਐਕੁਜ਼ੀਸ਼ਨ 'ਤੇ ਲੱਗਿਆ ਹੋਇਆ, ਉਹ ਜਲਦ ਤੋਂ ਜਲਦ ਕੰਮ ਹੋ ਜਾਏਗਾ। ਕੀ ਕਰੀਏ ਜੀ, ਸੰਘਰਸ਼ ਕਰਨਾ। ਦੇਖੋ, ਵਾਅਦੇ ਕਰੀ ਜਾਣ, ਸਾਡਾ ਮਕਸਦ ਹੈ ਉਹ ਦੇਸ਼ ਆਜ਼ਾਦ ਕਰਾਉਣ ਲਈ ਸੰਘਰਸ਼ ਕਰਦੇ ਰਹਿ ਗਏ, ਅਸੀਂ ਉਹਨਾਂ ਦੇ ਜਨਮ ਸਥਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ। ਸਾਡਾ ਜਨਮ ਹੀ ਇਸ ਕਰਕੇ ਹੋਇਆ। ਦੇਖੋ, ਸਾਡੇ ਲਈ ਤਾਂ ਤੁਸੀਂ ਵੀ ਆ ਗਏ, ਤੁਸੀਂ VIP ਤੋਂ ਘੱਟ ਨਹੀਂ, ਕਿਉਂਕਿ ਤੰਗ ਗਲੀਆਂ 'ਚ ਹੋ ਕੇ ਇੱਥੇ ਪਹੁੰਚਣਾ ਪੈਂਦਾ। ਇੱਕ ਛੋਟੇ ਛੋਟੇ ਬੱਚੇ ਇੱਥੇ ਆ ਜਾਣ, ਉਹ ਸਾਨੂੰ VIP ਤੋਂ ਘੱਟ ਨਹੀਂ ਹੈ। ਅਸੀਂ ਮੰਤਰੀਆਂ ਤੋਂ ਕੀ ਲੈਣਾ, ਜਿਹੜਾ ਆਮ ਬੰਦਾ ਇੱਥੇ ਵਿਜ਼ਿਟ ਕਰ ਜਾਏ ਸਾਡੇ ਲਈ ਉਹ ਹੀ VIP ਹੈ।